ਮੇਰੇ ਪਿੰਡ ਹੁੰਦੀ ਸੀ ਇੱਕ ਬੀਬੀ, ਦਾਣੇ ਭੁੰਦੀ ਸੀ। ਹਾਂ ਸੱਚ, ਉਹ ਵਾਲੀ ਬੇਬੇ ਤਾਂ ਗੱਲਾਂ ਦੀ ਪੰਡ ਸੀ, ਉੱਦਾਂ ਉੱਚਾ ਸੁਣਦੀ ਸੀ। ਜਦ ਪਿੱਛੇ ਜੇ ਦੇਖੀ ਸੀ ਮੈਂ, ਉਹ ਬੀਬੀ ਬੈਠੀ ਆਟਾ ਗੁੰਨਦੀ ਸੀ। ਹਾਂ, ਉਹ ਬੀਬੀ ਤਾਂ ਕੋਟੀਆਂ ਬੜੀਆਂ ਸੋਹਣੀਆਂ ਬਣਦੀ ਸੀ। ਉਹ ਬਾਬਾ ਤਾਂ ਪੁੱਛ ਨਾ ਤੂੰ, ਕਿੱਦਾਂ ਟਕਾ ਕੇ ਗਾਲ ਕੱਢਦਾ ਸੀ, ਟਿਕਦਾ ਹੀ ਨਹੀਂ ਸੀ ਬਾਪੂ। ਸਿਖਰ ਦੁਪਹਿਰੇ ਖੇਤਾਂ 'ਚ ਪੱਠੇ ਵੱਢਦਾ ਸੀ, ਉਹ ਵੀ 2 ਘੁੱਟ ਲਾ ਕੇ ਆ ਜਾਂਦਾ ਸੀ ਸ਼ਾਮ ਨੂੰ, ਫਿਰ ਗੱਲਾਂ ਬੋਲੀਆਂ ਬੋਲੀਆਂ ਛੱਡਦਾ ਸੀ। ਆਹੋ, ਉਹਨਾਂ ਦਾ ਬਾਪੂ ਤਾਂ ਕੰਮ ਕਰਨ ਤੋਂ ਪਹਿਲਾਂ ਨਾਲੇ ਭਰ ਕੇ ਚਾਹ ਦੀ ਗਲਾਸੀ ਪੀਂਦਾ ਸੀ, ਨਾਲੇ ਜਰਦਾ ਮਲਦਾ ਸੀ। ਖਬਰੀ ਬਾਬਾ ਸੀ, ਇਕੱਲੇ ਇਕੱਲੇ ਦੀ ਗੱਲ ਇਕੱਲੇ ਇਕੱਲੇ ਤੱਕ ਘੱਲਦਾ ਸੀ। ਦੇਖ ਲਾ, ਉਦਾਂ ਇਨਸਾਨ ਵੀ ਲੰਘੀ ਉਮਰ ਦੇ ਲੰਘੇ ਪਲਾਂ ਵਰਗੇ ਬਣ ਜਾਂਦੇ ਆ, ਜਿਨ੍ਹਾਂ ਨੂੰ ਸਿਰਫ ਯਾਦ ਕੀਤਾ ਜਾ ਸਕਦਾ ਪਰ ਕਦੇ ਮੋੜ ਕੇ ਨਹੀਂ ਲਿਆ ਸਕਦੇ।